ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ ਜਿਹੜੀ ਕਿ ਇਸ ਸਾਲ ਝੋਨੇ ਦੇ ਵਿੱਚ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਇੱਕ ਤੇਲਾ ਤੇ ਦੂਜਾ ਬੀਐਲਬੀ ਤੇਲੇ ਦੀ ਸਮੱਸਿਆ ਇਸ ਵੱਡੇ ਪੱਧਰ ਤੇ ਆ ਰਹੀ ਹੈ ਖੇਤਾਂ ਦੇ ਖੇਤ ਸੁੱਕ ਰਹੇ ਹਨ ਤੇ ਧਲੀਆਂ ਦੇ ਵਿੱਚ ਝੋਨਾ ਬੈਣਾ ਤਕਰੀਬਨ ਸ਼ੁਰੂ ਹੋ ਚੁੱਕਾ ਹੈ ਜਿਹੜੀਆਂ ਸਭ ਤੋਂ ਵਧੀਆ ਸਪ੍ਰੇਸ਼ਾਂ ਸੀਗੀਆਂ ਉਹਨਾਂ ਨੇ ਵੀ ਇਸ ਸਾਲ ਪੂਰਾ ਰਿਜ਼ਲਟ ਨਹੀਂ ਦਿੱਤਾ ਜੇਕਰ ਸਭ ਤੋਂ ਵਧੀਆ ਦਿਵਾਰੀ ਗੱਲ ਕੀਤੀ ਜਾਵੇ ਤਾਂ ਪਿਕਸਾਲੂ ਅਸੀਂ ਉਹੋ ਕੀਤੀ ਸੀਗੀ ਤੇ ਰਿਜ਼ਲਟ ਤਕਰੀਬਨ ਕਈ ਜਗ੍ਹਾ ਮਿਲਿਆ ਹੈ ਪਰ ਕਈ ਖੇਤਾਂ ਦੇ ਵਿੱਚ ਉਸਨੇ ਤੇਲਾ ਜਮਾ ਵੀ ਨਹੀਂ ਮਰਿਆ ਇਸ ਤਰ੍ਹਾਂ ਪ੍ਰਾਲੀ ਬਣ ਬਣ ਕੇ ਝੋਨਾ ਥੱਲੇ ਨੂੰ ਬਹਿਣਾ ਧਲੀਆਂ ਦੇ ਵਿੱਚ ਸ਼ੁਰੂ ਹੋ ਚੁੱਕਾ ਹੈ ਤੇ ਜਿਨ੍ਹਾਂ ਨੇ ਚੈਸ ਜਿਹਾ ਓਸ਼ੀਨ ਕੀਤੀ ਸੀਗੀ ਉਹਨਾਂ ਦੇ ਵੀ ਇਹੀ ਹਾਲ ਹੈ ਤੇ ਉੱਥੇ ਵੀ ਇਹੀ ਸਮੱਸਿਆ ਬਹੁਤ ਵੱਡੇ ਪੱਧਰ ਤੇ ਆ ਰਹੀ ਆ ਧਲੀਆਂ ਦੇ ਵਿੱਚ ਝੋਨਾ ਬਹਿਣਾ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਇਸ ਸਾਲ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਦੇਲਰੇ ਦੇ ਅਨੁਕੂਲ ਮੌਸਮ ਹੈ ਤੇ ਕਈਆਂ ਨੂੰ ਤਾਂ ਝੋਨੇ ਬੋਣ ਤੱਕ ਵੀ ਨੋਬਤਾ ਗਈ ਹੈ ਜਿਹੜਾ ਵੀ ਜਿੱਥੋਂ ਤੇਲਾ ਪੈਣਾ ਸ਼ੁਰੂ ਹੋ ਗਿਆ ਝੋਨਾ ਤਕਰੀਬਨ ਨਿਸਰਦਾ ਵੀ ਨਹੀਂ ਹੈ ਕਿਉਂਕਿ ਉਹ ਪ੍ਰਾਲ ਬਣ ਚੁੱਕਾ ਹੈ ਇੰਨੀਆਂ ਮਹਿੰਗੀਆਂ ਦਵਾਈਆਂ ਵੀ ਨਹੀਂ ਕੰਮ ਕਰ ਰਹੀਆਂ ਇਸ ਸਾਲ ਤੇ ਕਿਸਾਨਾਂ ਦਾ ਦੁੱਗਣੇ ਤੋਂ ਤਿੱਗਣਾ ਨੁਕਸਾਨ ਹੋ ਰਿਹਾ ਹੈ ਬਹੁਤ ਸਾਰਿਆਂ ਨੇ ਜਾਨੀ ਕਿ ਕਲੋਰੋ ਵੀ ਹੁਣ ਪਾਉਣੀ ਸ਼ੁਰੂ ਕੀਤੀ ਹੈ ਛਿੱਟਾ ਦੇ ਕੇ ਉਸ ਦੇ ਨਾਲ ਵੀ ਨੁਕਸਾਨ ਹੀ ਹੋ ਰਿਹਾ ਹੈ ਕਿਉਂਕਿ ਟਿੱਟਾ ਦਿੰਦੇ ਹਨ ਜਿੱਥੇ ਪੱਤਿਆਂ ਤੇ ਪੈਂਦੀ ਹੋਏ ਉੱਥੇ ਪੱਤੇ ਲਾਲ ਹੁੰਦੇ ਹਨ ਇਸ ਸਾਲ ਮੌਸਮ ਗਰਮੀ ਦਾ ਹੋਣ ਕਰਕੇ ਤੇ ਇਹਨਾਂ ਦਿਨਾਂ ਵਿੱਚ ਜਿੰਨੀ ਠੰਡ ਹੋਣੀ ਚਾਹੀਦੀ ਸੀ ਉੰਨੀ ਨਾ ਹੋਣ ਕਰਕੇ ਤੇਲੇ ਦੇ ਮੌਸਮ ਮਨਕੂਲੇ ਆ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਧਲੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਖੇਤ ਸੁੱਕਣੇ ਸ਼ੁਰੂ ਹੋ ਚੁੱਕੇ ਹਨ ਜਿੰਨੇ ਵੀ ਦਵਾਈਆਂ ਦੇ ਆਉਂਦੇ ਹਨ ਡੀਲਰ ਵਗੈਰਾ ਉਹ ਵੀ ਇਸ ਵਾਰ ਹੱਥ ਖੜੇ ਕਰ ਰਹੇ ਹਨ ਦੋ ਬਿਮਾਰੀਆਂ ਇੱਕ ਬੀਐਲਬੀ ਰਹੀ ਉੱਤੋਂ ਪੱਤਾ ਇਦਾਂ ਸੁੱਕ ਕੇ ਥੱਲੇ ਨੂੰ ਸੁੱਕ ਰਿਹਾ ਹੈ ਤੇ ਇੱਕ ਤੇਲਾ ਇਹ ਦੱਸਦੇ ਹਨ ਕਿ ਜਿੰਨਾ ਚਿਰ ਮੌਸਮ ਪੱਛੋ ਨਹੀਂ ਚਲਦੀ ਉਹਨਾਂ ਚਿਰ ਇਹ ਰੋਗ ਇਸੇ ਤਰ੍ਹਾਂ ਹੀ ਰਹਿਣਗੇ ਕਿਉਂਕਿ ਪੱਛੋ ਦੇ ਨਾਲ ਮੌਸਮ ਠੰਡਾ ਹੋਵੇਗਾ ਤਾਂ ਇਹ ਬਿਮਾਰੀਆਂ ਆਟੋਮੈਟਿਕਲੀ ਦੂਰ ਹੋਣਗੀਆਂ ਜਿਹੜੀ ਕਿ ਸਾਲ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਕਿਉਂਕਿ ਇੱਕ ਉੱਚੇ ਮਧਰੇ ਬੂਟੇ ਤੇ ਕਈ ਜਗ੍ਹਾ ਜੋਨਾ ਉਹੀ ਖਰਾਬ ਹੋ ਗਿਆ ਕਿ ਨਿਸਰੇ ਨਹੀਂ ਬੋਣ ਵਾਲੀ ਸਥਿਤੀ ਬਣੀ ਹੋਈ ਹੈ ਜੇਕਰ ਤੁਹਾਡੇ ਨਾਲ ਵੀ ਅਜਿਹਾ ਹੋਇਆ ਹੋਵੇ ਤਾਂ ਜਰੂਰ ਕਮੈਂਟ ਬਾਕਸ ਵਿੱਚ ਦੱਸਿਓ